ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਤਾਂ ਦੋਸਤੋ, ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਅੰਗੂਰ ਦੇ ਜੂਸ ਦੇ ਵਿੱਚ 2 ਚਮਚ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਜੋ ਫਾਇਦਾ ਆਪਣੇ ਸਰੀਰ ਨੂੰ ਹੁੰਦਾ ਹੈ ਉਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਤਾਂ ਦੋਸਤੋ, ਅੰਗੂਰ ਨੂੰ ਫਲ ਦੇ ਰੂਪ ਦੇ ਵਿੱਚ ਖਾਇਆ ਜਾਂਦਾ ਹੈ। ਅੰਗੂਰ ਆਪਣੇ ਸਰੀਰ ਦੇ ਵਿੱਚ ਕਈ ਪ੍ਰਕਾਰ ਦੇ ਰੋਗਾਂ ਨੂੰ ਸਮਾਪਤ ਕਰ ਸਕਦੇ ਹਨ। ਅੱਜ ਮੈਂ ਤੁਹਾਨੂੰ ਅੰਗੂਰ ਦੇ ਨਾਲ ਹੋਣ ਵਾਲੇ ਕੁਝ ਫਾਇਦਿਆਂ ਨੂੰ ਦੱਸਣ ਜਾ ਰਿਹਾ ਹਾਂ। ਤਾਂ ਦੋਸਤੋ, ਜੇ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਦੋਸਤੋ, ਅੰਗੂਰਾਂ ਦਾ ਜੂਸ ਪੀਣ ਦੇ ਨਾਲ ਮਾਈਗ੍ਰੇਨ ਦੀ ਪ੍ਰੋਬਲਮ ਠੀਕ ਹੋ ਜਾਂਦੀ ਹੈ। ਇਸ ਦੇ ਲਈ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਬਿਨਾਂ ਅੰਗੂਰਾਂ ਦੇ ਜੂਸ ਦੇ ਵਿੱਚ ਪਾਣੀ ਮਿਲਾਏ ਅੰਗੂਰਾਂ ਦਾ ਜੂਸ ਪੀਣਾ ਸ਼ੁਰੂ ਕਰੋ। ਨਾਲ ਹੀ ਨਾਲ ਤੁਸੀਂ ਆਪਦੀ ਨੀਂਦ ਪੂਰੀ ਲਵੋ। ਨੀਂਦ ਪੂਰੀ ਨਾ ਹੋਣ ਕਰਕੇ ਵੀ ਆਪਾਂ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੁੰਦੀ ਹੈ। ਲੇਕਿਨ ਦੋਸਤੋ, ਜੇ ਤੁਸੀਂ ਅੰਗੂਰਾਂ ਦਾ ਜੂਸ ਨਿਯਮਿਤ ਰੂਪ ਨਾਲ ਸੇਵਨ ਕਰੋਗੇ ਤਾਂ ਤੁਹਾਡੀ ਇਹ ਸਮੱਸਿਆ ਸਮਾਪਤ ਹੋ ਜਾਵੇਗੀ। ਤਾਂ ਦੋਸਤੋ, ਥਕਾਨ ਨੂੰ ਦੂਰ ਕਰਦਾ ਹੈ। ਤਾਂ ਦੋਸਤੋ, ਜੇ ਤੁਸੀਂ ਨਿਯਮਿਤ ਰੂਪ ਵਿੱਚ ਅੰਗੂਰਾਂ ਦਾ ਜੂਸ ਪੀਂਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਕਦੇ ਵੀ ਆਇਰਨ ਅਤੇ ਮਿਨਰਲਸ ਦੀ ਕਮੀ ਨਹੀਂ ਆਉਂਦੀ, ਜਿਸ ਦੇ ਨਾਲ ਆਪਣੀ ਥਕਾਨ ਦੂਰ ਰਹਿੰਦੀ ਹੈ। ਲੇਕਿਨ ਦੋਸਤੋ, ਅੱਜ ਕੱਲ੍ਹ ਮਹਿਲਾਵਾਂ ਦੇ ਵਿੱਚ ਅਨੀਮੀਆ ਦੀ ਪ੍ਰੋਬਲਮ ਆਮ ਹੋ ਚੁੱਕੀ ਹੈ। ਤਾਂ ਦੋਸਤੋ, ਇਸ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਮਹਿਲਾਵਾਂ ਨੂੰ ਅੰਗੂਰਾਂ ਦਾ ਜੂਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੇ ਨਾਲ ਆਪਣੇ ਸਰੀਰ ਦੇ ਵਿੱਚ ਆਇਰਨ ਦੀ ਪੂਰਤੀ ਹੁੰਦੀ ਹੈ ਅਤੇ ਅੰਗੂਰਾਂ ਦੇ ਜੂਸ ਦੇ ਵਿੱਚ 2 ਚਮਚ ਸ਼ਹਿਦ ਮਿਲਾ ਕੇ ਪੀਣ ਦੇ ਨਾਲ ਵੀ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ। ਤਾਂ ਦੋਸਤੋ, ਇਸ ਤੋਂ ਬਾਅਦ ਇਹ ਸਕਿਨ ਦੇ ਲਈ ਫਾਇਦੇਮੰਦ। ਤਾਂ ਦੋਸਤੋ, ਜੇ ਤੁਸੀਂ ਆਪਦੀ ਸਕਿਨ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ ਤਾਂ ਇਸ ਦੇ ਵਿੱਚ ਅੰਗੂਰ ਖਾਣਾ ਕਾਫ਼ੀ ਲਾਭਦਾਇਕ ਹੁੰਦਾ ਹੈ, ਕਿਉਂਕਿ ਦੋਸਤੋ, ਅੰਗੂਰਾਂ ਦੇ ਵਿੱਚ ਐਂਟੀ ਆਕਸੀਡੈਂਟ ਅਤੇ ਐਂਟੀ ਇਨਫਲਾਮੈਂਟਰੀ ਗੁਣ ਪਾਏ ਜਾਂਦੇ ਹਨ ਜੋ ਆਪਣੀ ਸਕਿਨ ਦੇ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ। ਅਤੇ ਇਸ ਦੇ ਇਲਾਵਾ ਇਸ ਦੇ ਵਿੱਚ ਵਿਟਾਮਿਨਸ ਵੀ ਆਪਣੀ ਸਕਿਨ ਦੇ ਲਈ ਲਾਭਦਾਇਕ ਹੁੰਦੇ ਹਨ। ਤਾਂ ਦੋਸਤੋ, ਅੰਗੂਰਾਂ ਦੇ ਵਿੱਚ ਗਲੂਕੋਜ਼, ਮੈਗਨੀਸ਼ੀਅਮ ਅਤੇ ਸਿਟ੍ਰਿਕ ਐਸਿਡ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕਈ ਬਿਮਾਰੀਆਂ ਦੇ ਵਿੱਚ ਰਾਹਤ ਦੇ ਲਈ ਅੰਗੂਰ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਟੀਵੀ, ਕੈਂਸਰ ਔਰ ਬਲੱਡ ਦੇ ਵਿੱਚ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਦੇ ਵਿੱਚ ਇਹ ਮੁੱਖ ਰੂਪ ਨਾਲ ਫਾਇਦੇਮੰਦ ਹੁੰਦਾ ਹੈ। ਤਾਂ ਦੋਸਤੋ, ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਅੰਗੂਰਾਂ ਦਾ ਜੂਸ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਹ ਬਲੱਡ ਦੇ ਵਿੱਚ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ ਅਤੇ ਆਪਣੀ ਸ਼ੂਗਰ ਨੂੰ ਵਧਣ ਨਹੀਂ ਦਿੰਦਾ। ਤਾਂ ਦੋਸਤੋ, ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਅਤੇ ਜਿਸ ਕਾਰਨ ਤੁਹਾਡਾ ਵਜ਼ਨ ਨਹੀਂ ਵੱਧਦਾ ਤਾਂ ਤੁਸੀਂ ਅੰਗੂਰਾਂ ਦਾ ਜੂਸ ਦਾ ਸੇਵਨ ਕਰ ਸਕਦੇ ਹੋ। ਇਸ ਦੇ ਸੇਵਨ ਦੇ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ, ਨਾਲ ਹੀ ਆਪਾਂ ਨੂੰ ਭੁੱਖ ਵੀ ਲੱਗਣ ਲੱਗ ਜਾਂਦੀ ਹੈ। ਤਾਂ ਦੋਸਤੋ, ਅੰਗੂਰਾਂ ਦੇ ਵਿੱਚ ਪ੍ਰਯਾਪਤ ਮਾਤਰਾ ਦੇ ਵਿੱਚ ਕੈਲੋਰੀ, ਫਾਈਬਰ, ਵਿਟਾਮਿਨ ਸੀ ਅਤੇ ਵਿਟਾਮਿਨ ਈ ਪਾਇਆ ਜਾਂਦਾ ਹੈ। ਇਸ ਲਿਹਾਜ਼ ਦੇ ਨਾਲ ਇਸਦਾ ਸੇਵਨ ਆਪਣੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਤਾਂ ਦੋਸਤੋ, ਤੁਸੀਂ ਅੱਜ ਤੋਂ ਹੀ ਅੰਗੂਰਾਂ ਦੇ ਜੂਸ ਦਾ ਸੇਵਨ ਕਰਨਾ ਸ਼ੁਰੂ ਕਰੋ। ਇਸ ਦੇ ਨਾਲ ਤੁਹਾਡੇ ਸਰੀਰ ਨੂੰ ਕਾਫ਼ੀ ਫਾਇਦੇ ਹੋਣਗੇ। ਤਾਂ ਦੋਸਤੋ, ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।